स्वागत है जी थोड़ा थोड़े अपने चैनल जोत पवन गरियाल ब्लॉग के बच्चे हो तुसी सारे बढ़िया होवोगे सब आप देख रहे ठीक होवोगे। तो अज का ब्लॉग आप लेके आए हैं जी अपनी नेचर से अपने फल फ्रूटा से भी आप बूटे लावे यानी कि बी सीड्स लावे बूटे बनावे उतो फल लावे। तो बने रहे ब्लॉग के नाल हम आप करते हैं ब्लॉग स्टार्ट जी। हाँ जी अपने स्ट्रॉबेरी दे सीड्स ने जी लिली कहने मेनू भी बच्चे लगो लिली नू इदा लगता है जी कि असी खाण दे लई कुछ कड रहे हैं जो असी खाने इहनू नाल देईदा है जी। हाँ जी ते आपां चेरी टमैटो भी करांगे जी। लिली नू इदा ही लग रहा है कि कुछ खाण लगे ने ते मेरे नाल शेयर नहीं कर रहे। ते स्ट्रॉबेरी ते चेरी टमैटो ते ही है जी ब्लॉग वैसे अज दा। वैसे सीड्स तो असं होर भी लैके आए हुए हैं ये भी लाने ने। रैड कैबेज भी हैगी है भी लावे आने वाले ब्लॉग्स देख लो जी कादे कादे ते मिलूगे देखने नू ब्लॉग्स। तो ये केड़ा वा ये पार्सल ही है जी मैनू लगता भी शायद अजवाइन पार्सल ही है मतलब इनू आप एज अ सैलड ग्रो करना वा सैलड के तौर पर इनू खाया करांगे बहुत जे पार्सली के तौर पर आप कही पार्सली के बहुत बेनीफिट्स ने मैं यही कन्फर्म भी अजमैन ही है। तो बाकी अपना मैरीगोल्ड का गेंदा फुलों के भी बूटे लावे आप धनिया पालक मेथे तो आप लाने ही ने इन्हें भी आने ब्लॉग इदा की गल नहीं पालक आ गए मेथे ये तो जी थानू पता है ना सीजन अगे आ रहा है ठंड का सारे घर च ही लगते हैं। तो कह बड़े क्यूट जे फ्लावर्स ने दिखाओ एक मिनट रोको इनू एस्टर फॉर्मूला मिक्स एस्टर है ने फ्लावर्स इन्हों का नाम बाकी मिक्स इन्हों जाने के सीड्स ने जोड़े मिक्स कलर्स के ने। बाकी इन्हों तो बिना जी आप चाहिए आ जरूरी समान वो मैं तुम दिखा दिनी हाँ। ये है जी अपनी कोकोपीट तो ये वर्मी कंपोस्ट है जी कोकोपीट तो वर्मी कंपोस्ट के अंदर आप लाने हैं जी सीड्स से एक कड़ाही रखी है जी ये कोकोपीट मिक्स करनी है जी। तो सीड्स ग्रो करन दे लई लाउण दे लई आपां ने रखी है जी सीडलिंग ट्रे बाकी पानी आप थोड़ा थोड़ा ऐड करांगे बाद विच जो आप है ना सीड्स में लगा दिता ऑफकोर्स पानी की तो लोड़ होंगी हुई है जी। चलो जी करो मिक्स
ਬਰਾਬਰ ਅਤੇ ਜਿਹੜੀ ਨਹੀਂ ਬਰਾਬਰ ਹੈਗੀ ਉਹਨੂੰ ਆਪਾਂ ਬਰਾਬਰ ਕਰ ਲਾਂਗੇ ਅਤੇ ਉਸ ਤੋਂ ਬਾਅਦ ਆਪਾਂ ਲਾਉਂਦੇ ਹਾਂ ਜੀ ਸੀਡਸ। ਸੋਰੀ ਜੀ ਜੋਤ ਨੇ ਪਹਿਲਾਂ ਇਹ ਖੋਲ੍ਹ ਕੇ ਬੀਜ ਚੈੱਕ ਕਰ ਲਏ ਸੀ, ਰਹਿ ਨਹੀਂ ਪਾਉਂਦੇ ਸੀ ਪਹਿਲਾਂ ਜੀ। ਇਹ ਪਤਾ ਜੀ ਕੀ ਆ, ਇਹ ਕਿਸੇ ਪਾਸੇ ਗਏ ਸੀਗੇ, ਕੰਮ ਗਏ ਸੀ ਕਿਸੇ ਪਾਸੇ, ਅਤੇ ਮੈਨੂੰ ਪਿੱਛੋਂ ਆਏ ਸੀਗਾ ਵੀ ਮੈਂ ਆਪ ਹੀ ਲਾ ਦੇਵਾਂ ਸੀਡਸ ਫਟਾਫਟ। ਫਿਰ ਮੈਂ ਕਿਹਾ ਵੀ ਚਲੋ ਆਪਾਂ ਤੁਹਾਡੇ ਸਾਰਿਆਂ ਨਾਲ ਸ਼ੇਅਰ ਕਰਾਂਗੇ, ਹੈ ਨਾ, ਇਹ ਵੀ ਇੱਕ ਤਰ੍ਹਾਂ ਦੀ ਖੁਸ਼ੀ ਆ ਜੀ। ਅਤੇ ਇਹ ਦੇਖ ਲਓ ਜੀ, ਸਾਨੂੰ 140 ਰੁਪੀਸ ਦਾ ਸਾਨੂੰ ਇੱਕ ਪੈਕਟ ਪਿਆ ਆ ਜੀ ਸੀਡਸ ਦਾ, ਸਟ੍ਰੋਬੇਰੀ ਦਾ। ਅਤੇ ਇਹਦੇ ਉੱਪਰ ਵੈਸੇ ਲਿਖਿਆ 30 ਸੀਡਸ ਆ, ਅਤੇ 30 ਸੀਡਸ ਹੋਣਗੇ ਇਹਦੇ ਅੰਦਰ, ਪਰ ਇਹਦੇ ਅੰਦਰ ਕਾਫੀ ਜ਼ਿਆਦਾ ਸੀਡਸ ਨੇ। ਅਤੇ ਆਪਾਂ ਨੂੰ 30 ਸੀਡਸ 140 ਰੁਪੀਸ, ਬਹੁਤ ਹੀ ਧਿਆਨ ਨਾਲ ਲਾਉਣੇ ਪੈਣੇ ਆ ਜੀ। ਇੱਕ ਦੇ ਵਿੱਚ ਆਪਾਂ 1 ਤੋਂ 2 ਸੀਡਸ ਪਾਉਣੇ ਆ, ਜ਼ਿਆਦਾ ਨਾ ਪਾਓ। ਆਪਣੇ ਕੋਲ ਗਏ ਆ ਬਚ, ਅਤੇ ਹੁਣ ਆਪਾਂ ਇੱਕ ਟਰੇ ਲਾਤੀ ਆਹਦੀਆਂ ਦੀ, ਇੱਕ ਟਰੇ ਲਾਵਾਂਗੇ ਚੈਰੀ ਟਮਾਟੋ ਦੀ ਜੀ। ਅਤੇ ਛੋਟੇ ਛੋਟੇ ਪੋਟ ਲੈ ਕੇ ਆਏ ਸੀਗੇ ਜੀ ਅਸੀਂ ਨਰਸਰੀ ਵਾਲਿਆਂ ਤੋਂ, ਅਤੇ ਹੁਣ ਅਸੀਂ ਇਹ ਸੋਚਿਆ ਵੀ ਇਹਦਾ ਇੱਕ ਤਰ੍ਹਾਂ ਨਾਲ ਜਿਵੇਂ ਆਪਾਂ ਰੱਖ ਲਈ ਜਦੋਂ ਰੱਖਣਾ ਆਉਂਦਾਗੇ ਕਹਿੰਦੇ ਹੁੰਦੇ ਆ ਨਾ, ਜਿੱਦਾਂ ਛਿੱਟਾ ਦੇ ਕੇ, ਹੈ ਨਾ, ਛਿੱਟੇ ਵਾਲੇ ਮੈਥਡ ਦੇ ਨਾਲ ਸਪਰਿੰਕਲ ਕਰ ਦਾਂਗੇ ਹੁਣ ਇਹਦੇ ਉੱਤੇ ਜਿੰਨੇ ਵੀ ਸੀਡਸ ਬਚ ਗਏ ਨੇ ਆਪਣੇ ਟਰੇ ਤੋਂ ਬਾਹਰ। ਫਿਰ ਵੀ ਆਪਣੇ 25 ਇਹਦੇ ਜਿਹੜੀ ਸੀਡਲਿੰਗਸ ਦੇ ਹੋਲਸ ਨੇ, 25 ਹੋਲਸ ਦੇ ਅੰਦਰ ਲੱਗ ਗਏ ਨੇ। ਇਹ ਵੀ ਮਲਟੀਪਲ ਲੱਗੇ ਨੇ, ਮਤਲਬ ਇੱਕ ਹੋਲ ਦੇ ਅੰਦਰ ਆਪਾਂ ਇੱਕ ਸੀਡ ਹੀ ਨਹੀਂ ਰੱਖਿਆ ਹੈਗਾ, ਕਿ ਕਈਆਂ ਦੇ ਵਿੱਚ ਚਾਰ ਚਾਰ ਪੰਜ ਪੰਜ ਸੀਟ ਵੀ ਰੱਖੇ ਗਏ ਨੇ।
ਤੇ ਹੁਣ ਜਿਹੜੇ ਸੀਡਸ ਆਪਣੇ ਬਚ ਗਏ ਨੇ ਆਪਾਂ ਇਹਦੇ ਉੱਤੇ ਇਦਾਂ ਹੀ ਮੈਨੂਅਲੀ ਆਪਾਂ ਹਨਾ ਉਹ ਕਰ ਦੇਣੇ, ਸਪ੍ਰਿੰਕਲ ਕਰ ਦੇਣੇ ਨੇ, ਛਿੜਕ ਦੇਣੇ ਨੇ। ਤੇ ਉਮੀਦ ਤਾਂ ਇਹੀ ਆ ਜੀ, ਹੋਪਸ ਕਿ ਜਰਮੀਨੇਟ ਹੋ ਜਾਣ। ਬਸ ਆਹ ਪਾਊਚ ਖਾਲੀ ਆ, ਨਹੀਂ ਪਾਉਣਾ ਸਾਰਾ ਪਾ ਦਿਓ, ਹੋਰ ਕੀ ਕਰਨੇ ਰੱਖ ਕੇ, ਸਾਰਾ ਪਾਉਣਾ ਇਹਦੇ ਵਿੱਚ ਹੀ ਕਰ ਦਿਓ। ਹਾਂ ਸੀਡਸ ਜੀ ਕਾਫੀ ਜ਼ਿਆਦਾ ਸੀਡਸ ਸੀਗੇ ਮੇਰੇ ਹਿਸਾਬ ਨਾਲ, ਹੋਣਗੇ 500 ਸੀਡਸ। ਉਹ ਪਹਿਲਾਂ ਤੁਹਾਨੂੰ ਦਿਖਾਏ ਸੀਗੇ ਉਹ, ਅਤੇ ਤੀਸਰੀ ਵਾਰ ਕੱਢੇ ਨੇ, ਤੁਸੀਂ ਦੇਖ ਸਕਦੇ ਹੋ ਸੀਡਸ ਫਿਰ ਇੰਨੇ ਆ ਗਏ ਨੇ। ਮੇਰੇ ਹਿਸਾਬ ਨਾਲ 30 ਸੀਡਸ ਤਾਂ ਆਹੀ ਹੋਣਗੇ, 30 ਤੋਂ ਵੱਧ ਹੀ ਹੋਣਗੇ ਆਹ ਵਾਲੇ। ਖੁੰਜਿਆਂ 'ਤੇ ਕਰੋ ਸਪ੍ਰਿੰਕਲ, ਖੁੰਜਿਆਂ 'ਤੇ ਦੂਰ ਦੂਰ ਥੋੜ੍ਹਾ ਜਿਹਾ। ਹਲਕੀ ਹਲਕੀ ਲੇਅਰ ਪਾ ਦੋ ਜੀ ਮਿੱਟੀ ਦੀ, ਤਾਂ ਕਿ ਸੀਡਸ ਜਿਹੜੇ ਹੈਗੇ ਨੇ ਆਪਣੇ ਢਕੇ ਜਾਣ, ਤੇ ਏਅਰ ਦੇ ਤੇ ਸਨ ਦੇ ਕੰਟੈਕਟ ਵਿੱਚ ਆਉਣ ਨਾਲ ਡੈਮੇਜ ਨਾ ਹੋਣ ਆਪਣੇ ਸੀਡਸ। ਠੀਕ ਹੈ ਜੀ, ਅਤੇ ਇਹਨੂੰ ਹੁਣ ਆਪਾਂ ਦੱਬਣਾ ਨਹੀਂ ਹੈਗਾ ਬਿਲਕੁਲ ਵੀ ਉੱਪਰੋਂ ਲੇਅਰ ਨੂੰ, ਉੱਪਰਲੀ ਨੂੰ। ਅਤੇ ਹਲਕਾ ਹਲਕਾ ਇਹਦੇ ਉੱਤੇ ਆਪਾਂ ਪਾਣੀ ਦੇ ਦੇਣਾ ਥੋੜ੍ਹਾ ਥੋੜ੍ਹਾ ਛਿੱਟਾ। ਚਲੋ ਜੀ ਹੁਣ ਲਾਓ ਚੈਰੀ ਟਮੈਟੋ, ਲਾਓ ਜੀ ਇਹ ਤਾਂ ਹੋ ਗਏ ਆਪਣੇ। ਅਤੇ ਇਹਨਾਂ ਨੂੰ ਜੀ ਆਪਾਂ ਡਾਇਰੈਕਟ ਸਨਲਾਈਟ ਦੇ ਵਿੱਚ ਨਹੀਂ ਰੱਖਣਾ ਹੈਗਾ। ਹਾਂਜੀ ਚੈਰੀ ਟਮਾਟੋ ਨੂੰ ਕਰਨ ਲੱਗੇ ਹਾਂ ਓਪਨ। ਅਤੇ ਹੁਣ ਦੇਖਦੇ ਹਾਂ ਇਹਦੇ ਅੰਦਰ ਕਿੰਨੇ ਸੀਡਸ ਨਿਕਲੇ ਆ। ਇਹਦੀ ਇਹਦੀ ਪ੍ਰਾਈਸਿੰਗ ਵਗੈਰਾ ਦਿਖਾ ਦਿਓ ਪਹਿਲਾਂ ਬੈਕ ਸਾਈਡ ਤੋਂ। ਇਹਦਾ ਪ੍ਰਾਈਸ ਹੈ ਜੀ 60 ਰੁਪੀਜ਼। ਕਿੰਨੇ ਸੀਡਸ ਨੇ ਇਹਦੇ ਅੰਦਰ ਲਿਖਿਆ ਹੋਇਆ ਉੱਤੇ? ਇਹਦੇ ਉੱਤੇ ਨਹੀਂ ਲਿਖਿਆ ਜੀ ਸੀਡਸ ਇਹਦੇ ਵਿੱਚ ਕਿੰਨੇ ਨੇ, ਕੁਆਂਟਿਟੀ ਨਹੀਂ ਦੱਸੀ ਇਹਨਾਂ ਨੇ ਸੀਡਸ ਦੀ, ਪਰ ਪ੍ਰਾਈਸ 60 ਰੁਪੀਜ਼ ਆ ਇਹ ਇੱਕ ਪੈਕਟ ਦੇ ਲਈ ਚੈਰੀ ਟਮੈਟੋ ਦਾ। ਅਤੇ ਇੱਕ ਬੂਟਾ ਵੀ ਲਾਇਆ ਸੀਗਾ ਜੀ, ਦੋ ਲਿਆਂਦੇ ਸੀ ਬੂਟੇ ਵਿੱਚੋਂ, ਇੱਕ ਤਾਂ ਮਰ ਗਿਆ ਸੀਗਾ ਬੂਟਾ, ਅਤੇ ਇੱਕ ਬੂਟਾ ਕਾਫੀ ਜ਼ਿਆਦਾ ਉਹਦੇ ਸੁੰਗੜੇ ਸੁੰਗੜੇ ਜਿਹੇ ਪੱਤੇ ਸੀਗੇ, ਅਤੇ ਮਤਲਬ ਕੋਈ ਮੇ ਬੀ ਉਹਨੂੰ ਬਿਮਾਰੀ ਬਿਮੂਰੀ ਹੋਊਗੀ ਬੂਟੇ ਨੂੰ। ਅਤੇ ਆਪਾਂ ਉਹਦੇ 'ਤੇ ਸਵਾਹ ਛਿੜਕਤੀ ਸੀਗੀ ਜੀ, ਗਾਂ ਦੀ ਜਿਹੜਾ ਹੈ ਨਾ ਗੋਬਰ ਦੀ ਹੁੰਦੀ ਆ ਪਾਥੀ ਕਹਿ ਦਿੰਦੇ ਹਾਂ ਆਪਾਂ ਪੰਜਾਬੀ 'ਚ ਤਾਂ, ਅਤੇ ਉਹਦੀ ਸਵਾਹ ਆਪਾਂ ਨੇ ਛਿੜਕਤੀ ਸੀ ਆਪਾਂ ਕਰ ਲਾਂਗੇ ਹੋਲ, ਅਤੇ ਉਹ ਬੂਟਾ ਵਧੀਆ ਚੱਲ ਪਿਆ। ਸੀਡਸ ਦਿਖਾਇਓ ਚੈਰੀ ਟਮੈਟੋ ਦੇ, ਇੱਕ ਮਿੰਟ ਦਿਖਾ ਲਓ, ਇੱਕ ਮਿੰਟ ਜੀ, ਇੱਕ ਮਿੰਟ ਬਾਅਦ ਸੀਡ ਦਿਖਾਉਣੇ ਤੁਹਾਨੂੰ। ਇਹ ਥੋੜ੍ਹਾ ਜਿਹਾ ਡੀਪ ਲਾਉਣਾ ਫਰੈਂਡਸ, ਕਿਉਂਕਿ ਟਮੈਟੋ ਦਾ ਸੀਡ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਨਾ ਕਿ ਥੋੜ੍ਹਾ ਜਿਹਾ ਮੋਟਾ ਹੁੰਦਾ, ਇਹਨੂੰ ਆਪਾਂ ਇੰਨਾ ਉੱਪਰ ਨਹੀਂ ਲਾ ਸਕਦੇ ਹੈਗੇ। ਲਓ ਜੀ ਟਮੈਟੋ, ਇਹ ਆ ਟਮੈਟੋ ਦੇ ਸੀਡਸ ਚੈਰੀ ਟਮੈਟੋ ਦੇ। ਇਹ ਵੀ ਨੀਅਰ ਅਬਾਊਟ ਆਪਾਂ ਜੀ 50 ਤੋਂ 100 ਕੁ ਸੀਡ ਹੈਗੇ ਨੇ, ਦੋ ਦੋ ਸੀਡ ਇਹਦੇ, ਇਹਦੇ ਵੀ ਆਪਾਂ ਦੋ ਦੋ ਸੀਡ ਹੀ ਲਾਵਾਂਗੇ ਜੀ। ਸੁਣੋ ਆਹ ਭਾਂਡਾ ਵਾ, ਇਹ ਆਪਣੇ ਪਿੰਡਾਂ ਦੇ ਵਿੱਚ ਵੀ ਆਪਾਂ ਜਿਵੇਂ ਲੈ ਲੈਂਦੇ ਹਾਂ ਜੀ, ਮੰਨ ਲਓ ਠੂਠੀ ਕਹਿ ਦਿੰਦੇ ਆ, ਕੁੱਜੀ ਕਹਿ ਦਿੰਦੇ ਆ, ਜਾਂ ਬਰਤ ਵਾਲੀਆਂ ਜਿਹੜੀਆਂ ਹੁੰਦੀਆਂ ਨੇ ਉਹ ਕਰੂਏ ਕਰੂਏ ਹੁੰਦੇ ਆ ਜੋ
ਉਹ ਲੈ ਸਕਦੇ ਆ ਤੇ ਗਰੀਬ ਤੋਂ ਗਰੀਬ ਬੰਦਾ ਵੀ ਇਹ ਘਰੇ ਪਤਾ ਜੀ ਆਉਂਦੇ ਕੀ ਗੱਲ ਆ, ਤੇ ਮੈਂ ਤੁਹਾਨੂੰ ਹਾਂ ਦੱਸਦੀ ਹਾਂ, ਜਿਹੜਾ ਸਟ੍ਰੋਬੇਰੀ ਦਾ ਪਲਾਂਟ ਆ ਨਾ, ਇਹਨੂੰ ਤੁਸੀਂ ਜਿੰਨੇ ਛੋਟੇ ਪੋਟ ਦੇ ਅੰਦਰ ਲਾਓਗੇ ਉਨਾ ਉਹਨਾਂ ਵਧੀਆ ਤਰੀਕੇ ਨਾਲੇ ਤੁਹਾਡਾ ਵਧੀਆ ਤੁਹਾਨੂੰ ਤਰੀਕੇ ਨਾਲ ਫਰੂਟਿੰਗ ਦਊਗਾ, ਫਰੂਟਿੰਗ ਦਊਗਾ, ਕਿਉਂਕਿ ਜਿਹੜਾ ਇਹਦਾ ਪਲਾਸਟਿਕ ਫਰੂਟ ਦੀਆਂ ਤੁਹਾਡੇ ਕੋਲ ਜੂਸ ਕਰਦੇ ਬੋਤਲਾਂ ਉਹ ਵੀ ਤੁਸੀਂ ਯੂਜ਼ ਕਰਦੇ ਕਰ ਸਕਦੇ ਹੋ ਥੱਲੇ ਉਹ ਪਲਾਸਟਿਕ ਦੀ ਬੋਤਲ ਨੂੰ ਕੱਟ ਕੇ ਇੰਨੀ ਇੰਨੀ ਸਾਰੀ ਕੱਟ ਕੇ ਜਿਵੇਂ ਇਹਦੇ ਹਿਸਾਬ ਦੀ ਕੱਟ ਕੇ ਤੁਸੀਂ ਉਹਦੇ ਵਿੱਚ ਮਿੱਟੀ ਪਾ ਕੇ ਲਾ ਸਕਦੇ ਹੋ ਕਿਉਂਕਿ ਇਹਦੇ ਵਿੱਚੋਂ ਜਿਹੜੇ ਬੀਜ ਜਿਵੇਂ ਆਪਾਂ ਮੰਨ ਲਓ ਵੀ ਇਹਦੇ ਵਿੱਚ ਬੂਟਾ ਇੱਕ ਲਾਤਾ ਜੀ, ਉਹ ਬੂਟੇ ਨੇ ਯਾਨੀ ਕਿ ਫੈਲ ਕੇ ਜਿਹੜੀਆਂ ਆਪਣੀਆਂ ਸਟ੍ਰੋਬੇਰੀ ਲੱਗਣੀਆਂ ਨੇ ਉਹ ਆਪਣੀਆਂ ਐਂ ਇੱਦਾਂ ਬਾਹਰ ਲਮਕ ਜਾਣੀਆਂ ਨੇ ਜੀ। ਸਟ੍ਰੋਬੇਰੀ ਨੂੰ ਇਹਦੇ ਫਰੂਟ ਨੂੰ ਨਾ ਮਿੱਟੀ ਤੇ ਪਾਣੀ ਦੇ ਕੰਟੈਕਟ ਦੇ ਅੰਦਰ ਨਹੀਂ ਆਉਣ ਦੇਣਾ ਤੁਸੀਂ। ਇਹ ਜਿਹੜੇ ਆਪਣੇ ਚੈਰੀ ਟੋਮੈਟੋ ਦੇ ਸੀਡਸ ਬਚ ਗਏ ਨੇ ਜੀ, ਆਪਾਂ ਉਹਨਾਂ ਨੂੰ ਵੀ ਇਦਾਂ ਹੀ ਸੇਮ ਜਿਵੇਂ ਆਪਾਂ ਸਟ੍ਰੋਬੇਰੀ ਦੇ ਸੀਡਸ ਨੂੰ ਕੀਤਾ ਸਪ੍ਰਿੰਕਲ, ਉਦਾਂ ਆਪਾਂ ਸਪ੍ਰਿੰਕਲ ਕਰ ਰਹੇ ਆ, ਇੱਕ ਮਿੰਟ ਤੇ ਇਹਨੂੰ ਆਪਾਂ ਮਿੱਟੀ ਦੀ ਲੇਅਰ ਦੇ ਨਾਲ ਜੀ ਕਵਰ ਕਰ ਦੇਣਾ। ਮਿੱਟੀ ਦੀ ਨਹੀਂ, ਆਪਾਂ ਕੋਕੋਪੀਟ ਤੇ ਵਰਮੀ ਕੰਪੋਸਟ ਹੀ ਯੂਜ਼ ਕੀਤਾ ਵਾ, ਉਹਦੀ ਲੇਅਰ ਦੇ ਨਾਲ ਹੀ ਆਪਾਂ ਇਹਨੂੰ ਥੋੜਾ ਜਿਹਾ ਵੀ ਮੋਟੇ ਨੇ ਕਵਰ ਕਰ ਦੇਣਾ ਚੰਗੀ ਤਰ੍ਹਾਂ ਨਾਲ। ਜਿਹੜੇ ਸੀਡ ਨੇ ਆਪਣੇ ਢਕੇ ਹੋਏ ਹੋਣੇ ਚਾਹੀਦੇ ਨੇ, ਬਸ ਇੰਨਾ ਕੁ ਜ਼ਰੂਰੀ ਆ, ਬਸ ਇੰਨਾ ਕੁ ਧਿਆਨ ਰੱਖਣਾ ਵੀ ਉਹ ਹਵਾ ਦੇ ਤੇ ਧੁੱਪ ਦੇ ਕੰਟੈਕਟ ਵਿੱਚ ਨਾ ਆਉਣ। ਤੇ ਇਹਨੂੰ ਆਪਾਂ ਪਾਰਸ਼ਲ ਸਨਲਾਈਟ ਦੇ ਵਿੱਚ ਰੱਖਣਾ ਜੀ। ਹਾਂਜੀ, ਪਾਰਸ਼ਲ ਸਨਲਾਈਟ ਜਿਵੇਂ ਤੁਸੀਂ ਕਹਿ ਸਕਦੇ ਹੋ ਵੀ ਸਵੇਰ ਦੇ 1-2 ਘੰਟੇ ਜਿੱਥੇ ਧੁੱਪ ਆਵੇ ਹੈ ਨਾ, ਉੱਥੇ ਤੁਸੀਂ ਇਹਨੂੰ ਰੱਖਣਾ ਵਾ। ਅਤੇ ਹੁਣ ਜੀ ਵਾਰੀ ਆ ਪਾਣੀ ਦੇਣ ਦੀ, ਪਾਣੀ ਆਪਾਂ ਇਹਨਾਂ ਨੂੰ ਦੇਣ ਲੱਗੇ ਹਾਂ ਜੀ। ਪਾਣੀ ਵੀ ਤੁਹਾਨੂੰ ਦਿਖਾ ਦਿੰਦੇ ਕਿ ਕਿੰਨਾ ਕਿੰਨਾ ਦੇਣਾ ਵਾ। ਲਓ ਜੀ ਆਪਣਾ ਖਤਮ ਹੋ ਗਿਆ ਕੰਮ, ਸੀਡਸ ਬੀਜਤੇ ਆਪਾਂ, ਠੀਕ ਹੈ ਜੀ। ਤੇ ਆਪਣਾ ਵਾਟਰਿੰਗ ਇਹ ਹੋ ਗਈ ਜੀ ਆਪਣੇ ਸਟ੍ਰੋਬੇਰੀ, ਇਹ ਇੱਧਰਲੇ ਹੋ ਗਏ ਆਪਣੇ ਚੈਰੀ ਟਮਾਟਰ, ਠੀਕ ਹੈ ਜੀ। ਅਤੇ ਹੁਣ ਇਹਨਾਂ ਨੂੰ ਆਪਾਂ ਹਲਕਾ ਹਲਕਾ ਪਾਣੀ ਦੇ ਦਾਂਗੇ। ਇਸ ਤਰ੍ਹਾਂ ਤੁਸੀਂ ਸਪਰੇਅ ਬੋਟਲਸ ਸਾਰਿਆਂ ਦੇ ਘਰਾਂ ਦੇ ਵਿੱਚ ਆਪਣੇ ਮਿਲ ਹੀ ਜਾਂਦੀਆਂ ਨੇ। ਅਸੀਂ ਸਲੋਨ ਤੋਂ ਲਿਆਉਣਾ ਭੁੱਲ ਗਏ, ਵੈਸੇ ਅਸੀਂ ਸਲੋਨ ਤੋਂ ਲਿਆਉਣੀ ਸੀਗੀ ਸਪਰੇਅ ਬੋਟਲ। ਅਤੇ ਵਾਟਰਿੰਗ ਜ਼ਿਆਦਾ ਨਹੀਂ ਕਰਨੀ ਹੈਗੀ, ਹਲਕੀ ਜਿਹੀ ਵਾਟਰਿੰਗ ਕਰਨੀ ਆ, ਜਿਹੜੇ ਆਪਣੇ ਸੀਡਸ ਨੇ ਬਸ ਉਹ ਉਹਨਾਂ ਨੂੰ ਪਾਣੀ ਮਿਲ ਸਕੇ, ਮੋਇਸਚ ਹੋ ਜਾਣ ਚੰਗੇ ਤਰੀਕੇ ਨਾਲ, ਮੋਇਸਚ ਕਰਕੇ ਉਹਨਾਂ ਨੂੰ ਬਸ। ਆ ਬੋਤਲ ਤੁਹਾਨੂੰ ਪਤਾ ਜਦੋਂ ਟੇਢੀ ਕਰ ਲੈਂਦੇ ਆ ਇਹ ਪ੍ਰੈਸ਼ਰ ਨਹੀਂ ਨਾ ਕਰਦੀ। ਏਅਰ ਬਬਲਸ ਦੇ ਕਰਕੇ ਜੀ ਥੋੜ੍ਹਾ ਜਿਹਾ ਪ੍ਰੋਬਲਮ ਦਿੰਦਾ ਆ ਇਹ ਸ਼ਾਵਰ। ਇਸੇ ਤਰੀਕੇ ਨਾਲ ਆਪਾਂ ਸਾਰੇ ਦੇ ਸਾਰੇ ਜਿੰਨੇ ਵੀ ਆਪਣੇ ਹੈਗੇ ਨੇ ਸੀਡਲਿੰਗ ਟ੍ਰੇ ਆ, ਇਹਨੂੰ ਆਪਾਂ ਕਰ ਦੇਣਾ ਆ ਚੰਗੇ ਤਰੀਕੇ ਨਾਲ ਵਾਟਰ। Thank you.
ਆਪਾਂ ਰੱਖੀਏ ਬਾਹਰ ਜੀ ਹੁਣ ਇਹਨਾਂ ਨੂੰ ਆ ਜਾਓ ਸਵੇਰੇ ਜਦੋਂ ਧੁੱਪ ਚੜ ਗਈ ਉਦੋਂ ਆਪਾਂ ਇਹਨਾਂ ਨੂੰ ਚੱਕ ਕੇ ਰੱਖ ਦੇਣਾ ਵਾ ਅੰਦਰ ਪੌੜੀਆਂ 'ਤੇ ਜਿੱਥੇ ਕਿ ਪਾਰਸ਼ਲ ਸਨਲਾਈਟ ਆਉਂਦੀ ਆ ਫਾਈਬਰ ਦੇ ਕਰਕੇ ਹੁਣ ਇਹਨਾਂ ਨੂੰ ਲੈ ਕੇ ਚੱਲੇ ਹਾਂ ਜੀ ਬਾਹਰ ਇਹਨਾਂ ਨੂੰ ਰੱਖਾਂਗੇ ਜੀ ਆਪਾਂ ਇੱਥੇ ਤਾਂ ਕਿ ਮਾਰਨਿੰਗ ਦੀ ਧੁੱਪ ਇਹਨਾਂ ਨੂੰ ਵਧੀਆ ਮਿਲ ਸਕੇ ਜਦੋਂ ਜੀ ਅਰਮਾਨ ਸਕੂਲ ਜਾਊਗਾ ਉਦੋਂ ਆਪਾਂ ਇਹਨਾਂ ਨੂੰ ਚੱਕ ਕੇ ਅੰਦਰ ਕਰ ਦਾਂਗੇ ਅਤੇ ਹੁਣ ਇਹ ਮਿਕਸ ਹੋ ਗਏ ਨੇ ਹੁਣ ਆਪਾਂ ਨੂੰ ਨਹੀਂ ਪਤਾ ਵੀ ਕਿਹੜਾ ਇਹਨਾਂ 'ਚੋਂ ਟੋਮੈਟੋ ਰਹਿ ਗਿਆ ਕਿਹੜਾ ਇਹਨਾਂ 'ਚ ਸਟ੍ਰੋਬੇਰੀ ਥੋੜ੍ਹੀ ਜੀ ਗਰਮੈਸ਼ ਮਿਲੇ ਉਸ ਤੋਂ ਬਾਅਦ ਇਹਨਾਂ ਨੂੰ ਚੱਕ ਕੇ ਆਪਾਂ ਅੰਦਰ ਰੱਖ ਦੇਣਾ ਜੀ ਜਿੱਥੇ ਯਾਨੀ ਕਿ ਥੋੜ੍ਹੀ ਧੁੱਪ ਆਉਂਦੀ ਆ ਆਹ ਲਓ ਜੀ ਜਿਹੜੇ ਚੈਰੀ ਟੋਮੈਟੋ ਦੀ ਮੈਂ ਤੁਹਾਡੇ ਨਾਲ ਪਹਿਲਾਂ ਗੱਲ ਕੀਤੀ ਸੀ ਕਿ ਮੈਂ ਸਵਾਹ ਪਾ ਦਿੱਤੀ ਸੀ ਹੁਣ ਇਹ ਸੁੰਗੜੇ ਸੁੰਗੜੇ ਜਿਹੇ ਪੱਤੇ ਸੀਗੇ ਰਾਤ ਮੈਂ ਇਸ ਟਾਈਮ ਕੱਲ੍ਹ ਮੈਂ ਸਵਾਹ ਪਾਈ ਆ ਜੀ ਅੱਜ ਦੇਖ ਲਓ ਇਹਦੀ ਗਰੋਥ ਹੋਣੀ ਸ਼ੁਰੂ ਹੋ ਗਈ ਚਲੋ ਜੀ ਆਪਾਂ ਇੱਥੇ ਕਰਦੇ ਹਾਂ ਬਲੌਗ ਨੂੰ ਐਂਡ ਹੋਪ ਤੁਹਾਨੂੰ ਬਲੌਗ ਵਧੀਆ ਲੱਗਿਆ ਹੋਊਗਾ ਹਾਂਜੀ ਬਾਕੀ ਚੀਜ਼ਾਂ ਦੇਖਣ ਦੇ ਲਈ ਔਰਗੈਨਿਕ ਫਰਟੀਲਾਈਜ਼ਰਸ ਕਿੱਦਾਂ ਅਸੀਂ ਤਿਆਰ ਕਰਦੇ ਹਾਂ ਆਪਣੇ ਗਾਰਡਨ ਦੇ ਵਿੱਚ ਦੇਖਣ ਦੇ ਲਈ ਤੁਸੀਂ ਉਹ ਦੇਖਣ ਲਈ ਚੈਨਲ ਤੇ ਜਿਹੜੇ ਨਵੇਂ ਆਏ ਨੇ ਉਹ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣ ਤੇ ਵੱਧ ਤੋਂ ਵੱਧ ਸਪੋਰਟ ਕਰਿਓ ਜੀ ਸਾਡੀ ਲਾਈਕ ਕਰ ਲਿਓ ਜੀ ਨੋਟੀਫਿਕੇਸ਼ਨ ਲੈਣ ਲਈ ਬੈਲ ਆਈਕਨ ਪ੍ਰੈਸ ਕਰ ਦਿਓ ਜੀ ਤੇ ਅੱਜ ਦੀ ਜਿਹੜੀ ਆਪਣੀ ਇਹ ਟੌਪਿਕ ਸੀਗਾ ਇਹਦੀ ਜਰਮੀਨੇਸ਼ਨ ਜਦੋਂ ਹੋ ਗਈ ਸੀਡਸ ਦੀ ਉਦੋਂ ਤੁਹਾਡੇ ਨਾਲ ਛੋਟਾ ਜਿਹਾ ਬਲੌਗ ਫਿਰ ਸ਼ੇਅਰ ਕਰਾਂਗੇ ਉਦੋਂ ਤੱਕ ਆਪਣਾ ਧਿਆਨ ਰੱਖਿਓ ਜੀ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਦੇ ਹਾਂ ਜੀ ਆਪਣਾ ਧਿਆਨ ਰੱਖਿਓ ਖੁਸ਼ ਰਹੋ ਜੀ ਬਾਏ ਬਾਏ